ਹੁਣ ਸਿੱਖਣਾ ਨਹੀਂ ਕੁੜੀਏ ਤੂੰ ਖਲੋ ਨਾ ਇਧਰ ਐਸੇ ਰੱਖੋ ਇਸ ਕੈਸੇ ਪਕੜ ਐ ਬੂਟਾ ਜਿਹੜਾ ਲਾਈਦਾ ਬੂਟਾ ਜਿਹੜਾ ਲਾਈਦਾ ਉਹਦੇ ਸਾਈਡਾਂ ਤੇ ਮਿੱਟੀ ਪੋਲੀ ਰੱਖਦੇ ਆ ਕੀ ਰੱਖਨੇ ਆ ਮਿੱਟੀ ਪੋਲੀ ਰੱਖਨੇ ਆ ਜਦੋਂ ਅਸੀਂ ਮਿੱਟੀ ਪੋਲੀ ਰੱਖਨੇ ਆ ਉਸ ਪੋਲੀ ਮਿੱਟੀ ਚ ਪਾਣੀ ਪਾਉਨੇ ਆ ਉਹ ਪਾਣੀ ਮਿੱਟੀ ਪੀਂਦੀ ਏ ਕਿਉਂਕਿ ਪੋਲੀ ਪੋਲੀ ਹੁੰਦੀ ਏ ਉਹ ਨਰਮ ਹੁੰਦੀ ਏ ਨਾਲ ਦੇ ਖਾਸ ਗੱਲ ਨਰਮ ਹੁੰਦੀ ਏ ਪੋਲੀ ਹੁੰਦੀ ਏ ਵਿੱਚ ਤਣਾ ਦਰਖਤ ਲਾਇਆ ਜਾਂਦਾ ਮਿੱਟੀ ਪੋਲੀ ਹੁੰਦੀ ਏ ਉਸ ਪੋਲੀ ਪੋਲੀ ਮਿੱਟੀ ਚ ਅਸੀਂ ਪਾਣੀ ਪਾਉਨੇ ਆ ਉਹਦੀਆਂ ਜੜਾਂ ਚ ਜਾਂਦਾ ਜਦੋਂ ਜੜਾਂ ਚ ਜਾਂਦਾ ਤੇ ਉਹਦੀਆਂ ਜੜਾਂ ਪਹਿਲਾਂ ਮਜ਼ਬੂਤ ਹੁੰਦੀਆਂ ਥੱਲੇ ਪਹਿਲਾਂ ਜੜਾਂ ਮਜ਼ਬੂਤ ਹੁੰਦੀਆਂ ਜਦੋਂ ਉਹਦੀਆਂ ਜੜਾਂ ਪਾਣੀ ਚ ਮਜ਼ਬੂਤ ਹੁੰਦੀਆਂ ਨੇ ਫਿਰ ਉਹ ਵੱਧਦਾ ਜਦੋਂ ਵੱਧਦਾ ਤੇ ਉਹਦੇ ਤੇ ਫਲ ਲੱਗਦਾ ਖੁਦਾ ਤੁਹਾਨੂੰ ਪੋਲਾ ਰੱਖਦਾ ਕੀ ਰੱਖਦਾ ਤੁਹਾਨੂੰ ਇੱਕ ਜਗ੍ਹਾ ਤੇ ਲਾਉਂਦਾ ਤੁਹਾਨੂੰ ਪੋਲਾ ਰੱਖ ਕੇ ਵਿੱਚ ਕਲਾਮ ਦਾ ਪਾਣੀ ਪੋਲੇ ਪੋਲੇ ਪਾਉਂਦਾ ਰਹਿੰਦਾ ਕਿ ਤੁਹਾਡੀਆਂ ਜੜਾਂ ਇੱਕ ਵਾਰੀ ਮਜ਼ਬੂਤ ਹੋਣ ਜਿੱਦਣ ਤੁਹਾਡੀ ਜ਼ਿੰਦਗੀ ਦੀਆਂ ਜੜਾਂ ਮਜ਼ਬੂਤ ਹੋਣਗੀਆਂ ਫਿਰ ਤੁਹਾਡੇ ਉੱਤੇ ਫਲ ਲੱਗਣਗੇ ਫਿਰ ਤੁਹਾਡੀ ਹਾਲਾਂ ਦੇਖੋ ਜ਼ਰਾ ਕੁ ਆਵਾਜ਼ ਚੱਲੀ ਨਹੀਂ ਤੇ ਟੈਂ ਮਾਰੂ ਬਾਬਾ ਗੁਰਜੋ ਚੰਗਾ ਸਿਆਪਾ ਪਾਇਆ ਬਈ ਤੂੰ ਹੁਣ ਗਿਰਜੇ ਇਹ ਖੜੇ ਹੋ ਐਸੇ ਜ਼ਰਾ ਕੁ ਨੇਰੀ ਇਹ ਤੇ ਟੈਂ ਮਾਰੂ ਬਾਬਾ ਗੁਰਜੋ ਲੈ ਯਾਰ ਤੂੰ ਦੱਸ ਤੂੰ ਕੀ 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 ਹੈ ਤੂੰ ਜ਼ਰਾ ਕੁ ਆਵਾਜ਼ ਚੱਲੀ ਨਹੀਂ ਤੇ ਕਦੀ ਐ ਕਦੀ ਐ ਕਦੀ ਐ ਕਦੀ ਐ ਕਦੀ ਝੋਲੇ ਸਰ ਜੀ ਜਿੰਨੀਆਂ ਮਰਜ਼ੀ ਨੇਰੀਆਂ ਚੱਲਣ ਯਸੂਮ ਸੀ ਖਲੋਤਾ ਤੇ ਖਲੋਤਾ ਹੀ ਰਿਹਾ ਉਹ ਟੁੱਟ ਗਿਆ ਪਰ ਉਹ ਕਦੀ ਡਿੱਗਾ ਨਹੀਂ